ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਆਪ ਸਾਹਿਬ ਜੀ ਦਾ ਸਵਾਗਤ ਹੈ। ਪਿਆਰੇ ਦੋਸਤੋ, ਹਾਜ਼ਰ ਹੋਏ ਹਾਂ ਅੱਜ ਦੀ ਵੱਡੀ ਅਪਡੇਟ ਦੇ ਨਾਲ। ਪੰਜਾਬ ਸਰਕਾਰ ਵੱਲੋਂ ਮੁਲਾਜ਼ਮਾਂ ਦੇ ਲਈ ਵੱਡਾ ਤੋਹਫ਼ਾ। ਮੁਲਾਜ਼ਮਾਂ ਅਤੇ ਪੈਨਸ਼ਨਰਸ ਦੀਆਂ ਤਨਖਾਹਾਂ ਦੇ ਵਿੱਚ ਸਰਕਾਰ ਵੱਲੋਂ 2000 ਰੁਪਏ ਤੱਕ ਦਾ ਕੀਤਾ ਗਿਆ ਵਾਧਾ। ਮੁਲਾਜ਼ਮਾਂ ਅਤੇ ਪੈਨਸ਼ਨਰਸ ਦੇ ਲਈ ਵਿੱਤ ਵਿਭਾਗ ਵੱਲੋਂ ਇੱਕ ਨਵਾਂ ਨੋਟੀਫਿਕੇਸ਼ਨ ਵੀ ਕੀਤਾ ਗਿਆ ਜਾਰੀ। ਮੀਟਿੰਗ ਤੋਂ ਬਾਅਦ ਲਿਆ ਗਿਆ ਵੱਡਾ ਫੈਸਲਾ। ਦੋਸਤੋ, ਇਸ ਦੇ ਬਾਰੇ ਸਾਰੀ ਜਾਣਕਾਰੀ ਤੁਹਾਨੂੰ ਅਸੀਂ ਅੱਜ ਦੀ ਇਸ ਵੀਡੀਓ ਰਾਹੀਂ ਦੇਣ ਜਾ ਰਹੇ ਹਾਂ। ਇਸ ਵੀਡੀਓ ਨੂੰ ਵੱਧ ਤੋਂ ਵੱਧ ਸਭ ਦੇ ਨਾਲ ਸ਼ੇਅਰ ਕਰਨਾ, ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ। ਸੋ ਪਿਆਰੇ ਦੋਸਤੋ, ਹੁਣ ਅਸੀਂ ਆਪਣੀ ਅੱਜ ਦੀ ਇਸ ਵੀਡੀਓ ਨੂੰ ਸ਼ੁਰੂ ਕਰਦੇ ਹਾਂ। ਦੋਸਤੋ, ਪੰਜਾਬ ਸਰਕਾਰ ਵਿੱਤ ਵਿਭਾਗ ਵੱਲੋਂ ਪੱਤਰ ਜਾਰੀ ਹੋਇਆ ਹੈ ਜਿਸ ਦਾ ਵਿਸ਼ਾ ਹੈ ਹਵਾਲਾ। ਆਪ ਦੇ ਪੱਤਰ ਨੰਬਰ ਦੇ ਸੰਬੰਧ ਵਿੱਚ ਲਿਖਿਆ ਜਾਂਦਾ ਹੈ ਕਿ ਵਿੱਤ ਵਿਭਾਗ ਵੱਲੋਂ ਪਾਲਿਸੀ ਫੋਰ ਵੈਲਫੇਅਰ ਆਫ ਐਡਹੋਕ ਕੰਟਰੈਕਚੁਅਲ ਡੇਲੀ ਵੇਜ ਵਰਕ ਚਾਰਜ ਇੰਪਲਾਈ ਦੇ ਅਧੀਨ ਕਵਰ ਹੋਣ ਵਾਲੇ ਗਰੁੱਪ ਸੀ ਡੀ ਬੈਨੀਫਿਸ਼ਰੀ ਇੰਪਲਾਈ ਨੂੰ ਇਸ ਪਾਲਿਸੀ ਅਧੀਨ ਜੁਆਇਨ ਕਰਨ ਦੀ ਮਿਤੀ ਤੋਂ ਹੇਠ ਦਿੱਤੇ ਅਨੁਸਾਰ ਅਦਾਇਗੀ ਕਰਨ ਦਾ ਫੈਸਲਾ ਲਿਆ ਗਿਆ ਹੈ, ਜਿਸ ਦੇ ਵਿੱਚ ਗਰੁੱਪ ਸੀ ਦੇ ਮੁਲਾਜ਼ਮਾਂ ਦੇ ਲਈ ਗਰੁੱਪ ਸੀ ਅਧੀਨ ਕਵਰ ਹੋਣ ਵਾਲੇ ਬੈਨੀਫਿਸ਼ਰੀ ਇੰਪਲਾਈਜ਼ ਨੂੰ ਘੱਟੋ ਘੱਟ 20,000 ਰੁਪਏ ਫਿਕਸਡ ਅਮਾਊਂਟ ਪ੍ਰਤੀ ਮਹੀਨਾ ਦੇ ਹਿਸਾਬ ਨਾਲ ਅਦਾਇਗੀ ਕੀਤੀ ਜਾਵੇਗੀ। ਇਹਨਾਂ ਬੈਨੀਫਿਸ਼ਰੀ ਇੰਪਲਾਈਜ਼ ਨੂੰ 1 ਸਾਲ ਦੀ ਸਰਵਿਸ ਮੁਕੰਮਲ ਹੋਣ ਉਪਰੰਤ ਸਾਲਾਨਾ ਵਾਧਾ ਕੀਤਾ ਜਾਵੇਗਾ। ਗਰੁੱਪ ਸੀ ਅਧੀਨ ਕਵਰ ਹੋਣ ਵਾਲੇ ਬੈਨੀਫਿਸ਼ਰੀ ਇੰਪਲਾਈਜ਼ ਜੋ ਕਿ ਪਾਲਿਸੀ ਵਿੱਚ ਕਵਰ ਹੋਣ ਸਮੇਂ 20,000 ਰੁਪਏ ਪ੍ਰਤੀ ਮਹੀਨਾ ਤੋਂ ਵੱਧ ਲੈ ਰਹੇ ਹਨ, ਉਹਨਾਂ ਨੂੰ ਪਹਿਲਾਂ ਦੀ ਤਰ੍ਹਾਂ ਅਦਾਇਗੀ ਹੁੰਦੀ ਰਹੇਗੀ, ਪਰੰਤੂ ਇਹ ਅਦਾਇਗੀ ਫਿਕਸ ਦੇ ਰੂਪ ਵਿੱਚ ਹੁੰਦੀ ਰਹੇਗੀ। ਇਸ ਨਾਲ ਹੋਰ ਕਿਸੇ ਕਿਸਮ ਦੇ ਭੱਤੇ ਜਾਂ ਕੋਈ ਹੋਰ ਅਦਾਇਗੀ ਨਹੀਂ ਕੀਤੀ ਜਾਵੇਗੀ। ਇਹਨਾਂ ਨੂੰ ਸਾਲਾਨਾ ਵਾਧਾ ਹੇਠ ਲਿਖੇ ਅਨੁਸਾਰ ਦਿੱਤਾ ਜਾਵੇਗਾ। ਜਿਹੜੇ ਬੈਨੀਫਿਸ਼ਰੀ ਇੰਪਲਾਈਜ਼ ਪ੍ਰਤੀ ਮਹੀਨਾ ਕੁੱਲ 30,000 ਰੁਪਏ ਤੋਂ ਘੱਟ ਬਣਦੀ ਹੋਵੇਗੀ ਤਾਂ 5% ਦਰ ਦੇ ਨਾਲ ਸਾਲਾਨਾ ਵਾਧਾ ਕੀਤਾ ਜਾਵੇਗਾ। ਇਸ ਦੇ ਨਾਲ ਅਦਾਇਗੀ ਯੋਗ ਰਾਸ਼ੀ 30,000 ਰੁਪਏ ਪ੍ਰਤੀ ਮਹੀਨਾ ਹੋਣ ਉਪਰੰਤ 3% ਦਰ ਦੇ ਹਿਸਾਬ ਨਾਲ ਵਾਧਾ ਕੀਤਾ ਜਾਵੇਗਾ। ਜਿਹੜੇ ਬੈਨੀਫਿਸ਼ਰੀ ਪ੍ਰਤੀ ਮਹੀਨਾ ਜਾਣ ਵਾਲੀ ਅਦਾਇਗੀ 30,000 ਰੁਪਏ ਤੋਂ ਵੱਧ ਬਣਦੀ ਹੈ ਤਾਂ ਉਸ ਨੂੰ 3% ਦੀ ਦਰ ਦੇ ਨਾਲ ਵਾਧਾ ਮਿਲਣ ਯੋਗ ਹੋਵੇਗਾ। ਗਰੁੱਪ ਡੀ ਇੰਪਲਾਈਜ਼ ਦੇ ਲਈ ਕਵਰ ਹੋਣ ਵਾਲੇ ਬੈਨੀਫਿਸ਼ਰੀ ਇੰਪਲਾਈਜ਼ ਨੂੰ ਘੱਟੋ ਘੱਟ 15,000 ਰੁਪਏ ਪ੍ਰਤੀ ਮਹੀਨਾ ਦੇ ਹਿਸਾਬ ਨਾਲ ਅਦਾਇਗੀ ਕੀਤੀ ਜਾਵੇਗੀ। ਇਹਨਾਂ ਬੈਨੀਫਿਸ਼ਰੀ ਇੰਪਲਾਈਜ਼ ਨੂੰ 1 ਸਾਲ ਦੀ ਸਰਵਿਸ ਮੁਕੰਮਲ ਹੋਣ ਉਪਰੰਤ ਸਾਲਾਨਾ ਵਾਧਾ ਮਿਲਣ ਯੋਗ ਹੋਵੇਗਾ। ਗਰੁੱਪ ਡੀ ਅਧੀਨ ਕਵਰ ਹੋਣ ਵਾਲੇ ਬੈਨੀਫਿਸ਼ਰੀ ਇੰਪਲਾਈਜ਼ ਜੋ ਕਿ ਪਾਲਿਸੀ ਵਿੱਚ ਕਵਰ ਹੋਣ ਸਮੇਂ 15,000 ਰੁਪਏ ਪ੍ਰਤੀ ਮਹੀਨਾ ਤੋਂ ਵੱਧ ਲੈ ਰਹੇ ਹਨ, ਉਹਨਾਂ ਨੂੰ ਪਹਿਲਾਂ ਦੀ ਤਰ੍ਹਾਂ ਅਦਾਇਗੀ ਹੁੰਦੀ ਰਹੇਗੀ, ਪਰੰਤੂ ਇਹ ਅਦਾਇਗੀ ਫਿਕਸਡ ਅਮਲਮੈਂਟਸ ਦੇ ਰੂਪ ਵਿੱਚ ਹੋਵੇਗੀ। ਇਸ ਨਾਲ ਹੋਰ ਕਿਸੇ ਕਿਸਮ ਦੇ ਭੱਤੇ ਦੀ ਅਦਾਇਗੀ ਨਹੀਂ ਕੀਤੀ ਜਾਵੇਗੀ। ਇਹਨਾਂ ਦਾ ਸਾਲਾਨਾ ਵਾਧਾ ਇਸ ਅਨੁਸਾਰ ਹੈ, ਜੋ 25,000 ਰੁਪਏ ਤੋਂ ਘੱਟ ਬਣਦੀ ਰਕਮ ਲੈ ਰਹੇ ਹਨ ਉਹਨਾਂ ਦਾ 5% ਦਰ ਨਾਲ ਸਾਲਾਨਾ ਵਾਧਾ ਕੀਤਾ ਜਾਵੇਗਾ। ਅਦਾਇਗੀ ਯੋਗ ਰਾਸ਼ੀ 25,000 ਰੁਪਏ ਪ੍ਰਤੀ ਮਹੀਨਾ ਹੋਣ ਉਪਰੰਤ ਇਹਨਾਂ ਨੂੰ 3% ਦਰ ਦੇ ਨਾਲ ਸਾਲਾਨਾ ਵਾਧਾ ਮਿਲਣ ਯੋਗ ਹੋਵੇਗਾ। ਜੋ 25,000 ਤੋਂ ਵੱਧ ਲੈ ਰਹੇ ਹਨ ਉਹਨਾਂ ਨੂੰ 3% ਸਾਲਾਨਾ ਵਾਧਾ ਮਿਲਣ ਯੋਗ ਹੋਵੇਗਾ। ਇਹ ਪੱਤਰ ਮਾਨਯੋਗ ਮੁੱਖ ਮੰਤਰੀ ਪੰਜਾਬ ਦੀ ਪ੍ਰਵਾਨਗੀ ਦੇ ਨਾਲ ਜਾਰੀ ਕੀਤਾ ਜਾਂਦਾ ਹੈ। ਸੋ ਦੋਸਤੋ, ਮੁਲਾਜ਼ਮਾਂ ਅਤੇ ਪੈਨਸ਼ਨਰਸ ਦੇ ਲਈ ਬਹੁਤ ਹੀ ਵਧੀਆ ਖੁਸ਼ੀ ਦੀ ਗੱਲ ਹੈ। ਸੋ ਦੋਸਤੋ, ਹੋਰ ਅਪਡੇਟਸ ਲੈਣ ਲਈ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ। ਮਿਲਦੇ ਹਾਂ ਆਪਣੀ ਅਗਲੀ ਅਪਡੇਟ ਦੇ ਨਾਲ। ਧੰਨਵਾਦ।